ਜੋ ਦਿੱਲੀ ਦੇ ਅੰਦਰ ਹੋਇਆ ਉਸਦੇ ਬਾਰੇ ਚ ਅਸੀਂ ਸਭ ਨੂੰ ਜਾਣਕਾਰੀ ਦਿੱਤੀ। ਸ਼੍ਰੋਮਣੀ ਅਕਾਲੀ ਦਲ ਬਿਲਕੁਲ ਆਪਣੀ ਕੈਂਪੇਨ ਵੀ ਕਰ ਰਹੀ ਸੀ, ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਵੀ ਤਿਆਰ ਸੀ। ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜੀ ਬੀਜੇਪੀ ਨੇ ਆਪਣੀ ਪਹਿਲੀ ਲਿਸਟ ਜਿਸ ਦਿਨ ਰਿਲੀਜ਼ ਕੀਤੀ ਉਸ ਦਿਨ ਜਦੋਂ 57 ਕੈਂਡੀਡੇਟ ਅਨਾਊਂਸ ਕੀਤੇ ਉਸ ਦੌਰਾਨ ਮਨੋਜ ਤਿਵਾੜੀ ਜੀ ਨੇ ਦੱਸਿਆ ਵੀ ਕਿ ਇਹ 4 ਸੀਟਾਂ ਜਿਹੜੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੀਆਂ ਨੇ। ਉਸ ਤੋਂ ਬਾਅਦ ਤਿੰਨਾਂ ਮੀਟਿੰਗਾਂ ਦੇ ਅੰਦਰ ਜਿਸ ਤਰੀਕੇ ਨਾਲ ਬੁਲਾ ਕੇ ਇਹ ਗੱਲ ਕਹੀ ਗਈ ਕਿ ਤੁਸੀਂ ਦਿੱਲੀ ਦੇ ਅੰਦਰ ਰਿਜੈਂਟਮੈਂਟ ਆ ਦਿੱਲੀ ਦੀ ਲੀਡਰਸ ਦੇ ਅੰਦਰ, ਦਿੱਲੀ ਦੇ ਭਾਜਪਾ ਦੇ ਵਰਕਰਸ ਦੇ ਅੰਦਰ, ਔਰ ਜੋ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਔਰ ਜੋ ਸ਼੍ਰੋਮਣੀ ਅਕਾਲੀ ਦਲ ਦਾ ਸਟੈਂਡ ਆ ਉਸ 'ਤੇ ਉਹ ਜ਼ਰੂਰ ਰੀਕਨਸਿਡਰ ਕਰਨ। ਅਸੀਂ ਬੜੇ ਸਪਸ਼ਟ ਉਹਨਾਂ ਨੂੰ ਦੱਸਿਆ ਸੀ ਕਿ ਸਾਡਾ ਸਟੈਂਡ ਬੜਾ ਕਲੀਅਰ ਆ, ਅਸੀਂ CAA ਦਾ ਵੈਲਕਮ ਕੀਤਾ ਹੈ, ਖੁਦ ਉਸ ਦੀ ਵੋਟ ਵੀ ਪਾਈ ਆ, ਉਹਦੀ ਸਪੋਰਟ ਕਰਦੇ ਹਾਂ ਔਰ ਖੁੱਲ੍ਹੇ ਦਿਲ ਨਾਲ ਕਰਦੇ ਪਏ ਹਾਂ ਕਿਉਂਕਿ CAA ਨੂੰ ਲੈਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਨੇ ਖੁਦ ਅੱਗੇ ਵੱਧ ਕੇ ਲੜਾਈ ਲੜੀ ਔਰ ਅਫਗਾਨਿਸਤਾਨ ਦੇ ਸਿੱਖਾਂ ਦਾ ਔਰ ਹਿੰਦੂਆਂ ਦਾ ਤਾਂ ਨਾਮ ਵੀ ਨਹੀਂ ਸੀ, ਉਹ ਤਾਂ ਅਸੀਂ ਜਾ ਕੇ ਖੁਦ ਪਵਾਇਆ ਸੀ। ਲੇਕਿਨ ਅਸੀਂ ਇੰਨੀ ਗੱਲ ਜ਼ਰੂਰ ਬਾਰ ਬਾਰ ਕਹਿੰਦੇ ਆਏ ਹਾਂ ਔਰ ਉਹ ਲੋਕ ਸਭਾ 'ਚ ਵੀ ਕਹੀ, ਰਾਜ ਸਭਾ 'ਚ ਵੀ ਕਹੀ ਕਿ ਜਿਹੜੇ ਰਹਿੰਦੇ ਨੇ ਕਿਸੇ ਨੂੰ ਇਹੋ ਐਕਸਕਲੂਡ ਨਾ ਕੀਤਾ ਜਾਵੇ, ਇਸ ਤਰੀਕੇ ਨਾਲ ਇਹ ਮੈਸੇਜ ਨਾ ਦਿੱਤਾ ਜਾਵੇ ਕਿ ਇਹ ਕੋਈ ਰਿਲੀਜੀਅਸ ਐਂਗਲ ਤੋਂ ਕੀਤਾ ਜਾ ਰਿਹਾ। ਸੋ ਲੇਕਿਨ ਉਹਨਾਂ ਦੇ ਬਾਰ ਬਾਰ ਇਹ ਗੱਲ ਸੀ ਕਿ ਜਿਹੜੀ ਤੁਸੀਂ ਇਹ ਗੱਲ ਕਹੀ ਆ ਇਸ ਵਰਡਿੰਗ ਦੇ ਨਾਲ ਸਾਡਾ ਵਰਕਰ ਦੇ ਅੰਦਰ ਰਿਜੈਂਟਮੈਂਟ ਆ ਔਰ ਤੁਸੀਂ ਇਹ CAA ਦਾ ਕੰਪਲੀਟਲੀ ਜੋ ਵੈਲਕਮ ਕਰ ਰਹੇ ਜੀ ਉਹਦੇ ਨਾਲ ਨਾਲ ਆਹ ਲਾਈਨ ਕਹਿਣੀ ਬੰਦ ਕਰੋ, ਜਿਸ ਨੂੰ ਲੈ ਕੇ ਪਾਰਟੀ ਦੇ ਰਿਜ਼ਰਵੇਸ਼ਨ ਸੀ ਕਿ ਜੋ ਸਾਡਾ ਸਟੈਂਡ ਆ, ਜੋ ਸਾਡੀ ਆਈਡੀਓਲੋਜੀ ਆ, ਅਸੀਂ ਉਸ ਤੋਂ ਬੈਕਆਊਟ ਨਹੀਂ ਕਰ ਸਕਦੇ। ਤਿੰਨਾਂ ਮੀਟਿੰਗਾਂ ਤੋਂ ਬਾਅਦ ਇਹੀ ਗੱਲ ਨਿਕਲ ਕੇ ਆਉਂਦੀ ਰਹੀ ਔਰ ਬਾਰ ਬਾਰ ਇਹੀ ਗੱਲ ਕਹੀ ਗਈ ਕਿ ਜੇ ਚੁਣਾਵ ਲੜਨਾ ਹੈ ਤਾਂ ਤੁਸੀਂ ਇਹ ਦੇਖ ਲਓ, ਨਹੀਂ ਤਾਂ ਸਾਡੇ ਲੀਡਰ ਜਿਹੜੇ ਨੇ ਉਹਨਾਂ ਦੇ ਅੰਦਰ ਰਿਜੈਂਟਮੈਂਟ ਉਹ ਇਲੈਕਸ਼ਨ ਲੜਨ ਵਾਸਤੇ ਮਨਾ ਕਰ ਰਹੇ ਨੇ। ਸੋ ਅਸੀਂ ਆਪਣਾ ਸਟੈਂਡ ਲੈ ਲਿਆ। ਸਰ ਕੈਪਟਨ ਅਮਰਿੰਦਰ ਸਿੰਘ ਇਸ ਕਲੇਮ ਨੂੰ ਸਰ ਰਿਜੈਕਟ ਕਰਦੇ ਨੇ ਦਿੱਲੀ ਦੇ ਵਿੱਚ ਕੇਜੀ, ਪਰ ਕੈਪਟਨ ਅਮਰਿੰਦਰ ਸਿੰਘ ਨੇ ਕੱਲ੍ਹ ਰਿਜੈਕਟ ਕੀਤਾ ਤੁਹਾਡੇ ਕਲੇਮ ਨੂੰ। ਉਹਨਾਂ ਨੇ ਕਿਹਾ ਕਿ ਜੇ ਇੰਨਾ ਹੀ ਤੁਸੀਂ ਸਟੈਂਡ ਲੈ ਰਹੇ ਹੋ, ਆਈਡੀਓਲੋਜੀਕਲ ਸਟੈਂਡ ਲੈ ਰਹੇ ਹੋ, ਤਾਂ ਪਹਿਲਾਂ ਕੇਂਦਰ 'ਚ ਜਿਹੜਾ ਵਜ਼ੀਰ ਆ ਤੁਹਾਡਾ ਉਸ ਵਜ਼ੀਰ ਤੋਂ ਅਸਤੀਫਾ ਦਿਵਾ। ਹਾਂ ਬਿਲਕੁਲ ਠੀਕ ਆ, ਜਿਹੜੀ ਗੱਲ ਉਹ ਕਹਿ ਰਹੇ ਨੇ ਉਹਨਾਂ ਨੂੰ ਆਪਣੀ ਗੱਲ ਕਹਿਣ ਦਾ ਰਾਈਟ ਆ। ਜਦੋਂ ਸਾਨੂੰ ਬੀਜੇਪੀ ਨੇ ਦਿੱਲੀ ਵਾਸਤੇ ਕਿਹਾ ਅਸੀਂ ਦਿੱਲੀ 'ਚ ਆਪਣਾ ਸਟੈਂਡ ਕਲੀਅਰ ਕਰਤਾ, ਜੇਕਰ ਉਹ ਕੇਂਦਰ 'ਚ ਕਹਿਣਗੇ ਅਸੀਂ ਕੇਂਦਰ 'ਚ ਸਟੈਂਡ ਕਲੀਅਰ ਕਰਾਂਗੇ। ਇਹ ਅਲਾਇੰਸ ਜਿਹੜੇ ਨੇ ਇਹ ਅਲਾਇੰਸ ਨਾ ਤਾਂ ਕਾਂਗਰਸ ਨੂੰ ਪੁੱਛ ਕੇ ਕੀਤੇ ਜਾਂਦੇ ਨੇ, ਨਾ ਕਾਂਗਰਸ ਦੀ ਸੁਵਿਧਾ ਵਾਸਤੇ ਕੀਤੇ ਜਾਂਦੇ ਨੇ। ਇਹ ਪੰਜਾਬ ਦੇ ਭਲੇ ਵਾਸਤੇ, ਪੰਜਾਬ ਦੇ ਅੰਦਰ ਭਾਈਚਾਰਕ ਸਾਂਝ ਵਾਸਤੇ ਕੀਤੇ ਅਲਾਇੰਸ ਨੇ ਔਰ ਇਸਦਾ ਬੜਾ ਦੂਰ ਅੰਜਾਮੀ ਜਿਹੜਾ ਅਸੀਂ ਉਹਦਾ ਅੰਜਾਮ ਦੇਖਿਆ ਕਿਸ ਤਰੀਕੇ ਪੰਜਾਬ ਨੂੰ ਇਸ ਲੜਾਈ ਦੇ ਮਾਹੌਲ 'ਚੋਂ, ਇਸ ਉਸ ਵੇਲੇ ਦੀ ਦਹਿਸ਼ਤਗਰਦੀ ਦੇ ਮਾਹੌਲ 'ਚੋਂ, ਉਸ ਵੇਲੇ ਦੇ ਮਾਰਧਾੜ ਦੇ ਮਾਹੌਲ 'ਚੋਂ ਇਸ ਅਲਾਇੰਸ ਨੇ ਕੱਢਿਆ ਹੈ ਔਰ ਇਸ ਮਾਹੌਲ ਦੀ ਅਹਿਮੀਅਤ ਬਹੁਤ ਵੱਡੀ ਆ ਭਾਈਚਾਰਕ ਸਾਂਝ ਵਾਸਤੇ। ਇਸ ਕਰਕੇ ਜਦੋਂ ਸਾਡੀ ਆਈਡੀਓਲੋਜੀ ਸਾਡੀ ਆ, ਉਹ ਸਾਨੂੰ ਆਪਣੀ ਆਈਡੀਓਲੋਜੀ ਬਦਲਣ ਵਾਸਤੇ ਨਹੀਂ ਕਹਿ ਸਕਦੇ, ਨਾ ਹੀ ਕਦੀ ਅਸੀਂ ਉਹਨਾਂ ਨੂੰ ਆਪਣੀ ਉਹਨਾਂ ਦੀ ਆਈਡੀਓਲੋਜੀ ਬਦਲਣ ਵਾਸਤੇ ਕਿਹਾ ਹੈ। ਜੇ ਸਾਡੀ ਜੋ ਪਾਰਟੀ ਦੀ ਆਈਡੀਓਲੋਜੀ ਅਸੀਂ ਉਹਨੂੰ ਕਦੀ ਛੱਡਣ ਵਾਲੇ ਨਹੀਂ। ਜੇਕਰ ਇਸ ਵਾਸਤੇ ਕੇਂਦਰ ਅੰਦਰ ਜਾਂ ਪੰਜਾਬ ਅੰਦਰ ਵੀ ਸਿਚੁਏਸ਼ਨ ਆਊਗੀ ਤਾਂ ਡੈਫੀਨੇਟਲੀ ਬੀਜੇਪੀ ਅਕਾਲੀ ਦਲ ਦੇ ਸਟੈਂਡ 'ਤੇ ਨਹੀਂ ਬਦਲਣ ਵਾਲੇ, ਅਕਾਲੀ ਦਲ ਦਾ ਸਟੈਂਡ 'ਤੇ ਆਈਡੀਓਲੋਜੀ ਨੂੰ ਲੈ ਕੇ ਆ। ਔਰ ਕੈਪਟਨ ਅਮਰਿੰਦਰ ਸਿੰਘ ਜੀ ਦਾ ਸਟੈਂਡ ਦੀ ਮੈਂ ਗੱਲ ਕਰਾਂ, ਦੇਖੋ ਕੈਪਟਨ ਸਾਹਿਬ ਦਾ ਖੁਦ ਦਾ ਜਿਸ ਬੰਦੇ ਦਾ ਕੋਈ ਸਟੈਂਡ ਨਹੀਂ ਉਹ ਦੂਜੇ ਨੂੰ ਸਟੈਂਡ ਦੀ ਗੱਲ ਕਰੇ ਚੰਗੀ ਗੱਲ ਨਹੀਂ ਲੱਗਦੀ। ਜਿਹੜੇ ਲੋਕ ਜਾ ਕੇ ਕਮਲਨਾਥ ਔਰ ਸੱਜਣ ਕੁਮਾਰ ਦੇ ਗੱਲ 'ਚ ਜਾ ਕੇ ਹਾਰ ਪਾ ਸਕਦੇ ਨੇ, ਜਿਹੜੇ ਲੋਕ ਉਹਨਾਂ ਨੂੰ ਕਲੀਨ ਚਿੱਟ ਦੇ ਸਕਦੇ ਨੇ 1984 ਦੇ ਕਾਤਲਾਂ ਨੂੰ, ਉਹ ਹੁਣ ਸਾਨੂੰ ਸਟੈਂਡ ਦੀ ਗੱਲ ਦੱਸਣਗੇ, ਮੈਨੂੰ ਲੱਗਦਾ ਸ਼ੋਭਾ ਨਹੀਂ ਦਿੰਦੀ ਉਹਨਾਂ ਦੇ ਮੂੰਹੇ ਗੱਲ। ਦਿੱਲੀ ਦੇ ਵਿੱਚ ਤੁਸੀਂ ਕਿਤੇ ਵੀ ਸਰ ਸਮਰਥਨ ਦੇਣ ਦਾ ਐਲਾਨ ਹੋ ਸਕਦਾ ਹੈ? ਦੇਖੋ ਹੋਰ ਪਾਰਟੀ ਨੂੰ ਸਮਰਥਨ ਦੇ ਦਿਓ ਜਾਂ ਫਿਰ ਬੀਜੇਪੀ ਨੂੰ ਸਮਰਥਨ ਦੇ ਦਿਓ। ਦੇਖੋ ਜਿੱਥੋਂ ਤੱਕ ਦਿੱਲੀ ਦੀ ਗੱਲ ਆ, ਦਿੱਲੀ ਅੰਦਰ ਅਸੀਂ 24 ਤਰੀਕ ਨੂੰ ਮੀਟਿੰਗ ਬੁਲਾਈ ਆ, ਜਿਸ ਦੇ ਅੰਦਰ ਸਾਰੇ ਮੈਂਬਰ ਸਾਹਿਬਾਨਾਂ ਦੀ ਕੱਲ੍ਹ ਅਸੀਂ ਮੀਟਿੰਗ ਬੁਲਾਈ ਸੀ। ਉਹਨਾਂ ਨੂੰ ਕਿਹਾ ਕਿ ਆਪਣੀਆਂ ਸਿੰਘ ਸਭਾਵਾਂ ਨਾਲ ਸੰਪਰਕ ਕਰੋ, ਸਭ ਤੋਂ ਰਾਏ ਲਓ, ਕਿਉਂਕਿ 95% ਸਿੰਘ ਸਭਾਵਾਂ ਵੀ ਸਾਡੇ ਕੋਲ ਆ, 95% ਸਿੰਘ ਸਭਾਈ ਅਕਾਲੀ ਦਲ ਕੋਲ ਆ, ਔਰ ਨਾਲ ਇੱਕ ਜਿਹੜੇ 41 ਮੈਂਬਰ ਨੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ 46 ਚੋਂ ਉਹ ਵੀ ਅਕਾਲੀ ਦਲ ਦੇ ਨੇ। ਉਹਨਾਂ ਸਭ ਨੂੰ ਕਿਹਾ ਗਿਆ ਹੈ ਕਿ ਜਾ ਕੇ ਥੱਲੇ ਜਾਣਕਾਰੀ ਲਓ, ਸਾਰਿਆਂ ਨਾਲ ਗੱਲਬਾਤ ਕਰੋ ਔਰ ਜੋ ਵੀ ਫੈਸਲਾ ਲਵਾਂਗੇ ਉਹ ਕਲੈਕਟਿਵ ਫੈਸਲਾ, ਦਿੱਲੀ ਦਾ ਫੈਸਲਾ ਲਵਾਂਗੇ, ਦਿੱਲੀ ਦੇ ਸਿੱਖਾਂ ਦਾ ਫੈਸਲਾ ਹੋਊਗਾ, ਨਾ ਕਿ ਇੰਡੀਵਿਜੁਅਲ ਕਿਸੇ ਦਾ ਹੋਊਗਾ। ਉਹਦੇ 'ਤੇ 24 ਤਰੀਕ ਨੂੰ ਪਰਸੋਂ ਵਿਚਾਰ ਕੀਤਾ ਜਾਊਗਾ। ਪਾਰਟੀ ਨੂੰ ਸਮਰਥਨ ਦੇਣ 'ਤੇ ਫਿਰ ਚਰਚਾ ਹੋ ਸਕਦੀ ਹੈ ਜੇ ਫੀਡਬੈਕ ਮਿਲਦਾ ਕਿ ਸਮਰਥਨ ਨਹੀਂ? ਦੇਖੋ ਇਹਦੇ 'ਤੇ ਇਹ ਤਾਂ ਸਾਰੀਆਂ ਹਾਈਪੋਥੀਕਲ ਗੱਲਾਂ ਨੇ ਨਾ, ਇਹ ਤਾਂ ਲੋਕਾਂ ਨੂੰ ਪੁੱਛਿਆ ਜਾ ਰਿਹਾ ਵੀ ਸਾਨੂੰ ਕੀ ਕਰਨਾ ਚਾਹੀਦਾ ਤੁਸੀਂ ਆਪਣੀ, ਕਿਉਂਕਿ ਵੋਟ ਜਿਹੜੀ ਆ ਉਹਦੀ ਬੜੀ ਅਹਿਮੀਅਤ ਹੁੰਦੀ ਆ ਔਰ ਵੋਟ ਵੇਸਟ ਹੋਵੇ ਉਹਦਾ ਕੋਈ ਲੌਜਿਕ ਨਹੀਂ ਹੈਗਾ, ਉਹਦਾ ਕੋਈ ਰਿਜ਼ਲਟ ਨਿਕਲਣਾ ਚਾਹੀਦਾ ਵੋਟ ਦਾ। ਇਸ ਕਰਕੇ ਜੋ ਵੀ ਗੱਲ ਕਰਾਂਗੇ ਕਲੈਕਟਿਵਲੀ ਫੈਸਲਾ ਲਵਾਂਗੇ। ਕੈਂਪੇਨਿੰਗ ਕੀਤੀ ਜਾ ਸਕਦੀ ਮੰਨਿਆ ਜਾਵੇ 24 ਦੇ ਬਾਅਦ ਪੋਸੀਬਿਲਟੀ ਅਗਰ ਬਣਦੀ ਹੈ ਤਾਂ ਕੈਂਪੇਨਿੰਗ ਕਰੋਗੇ ਬੀਜੇਪੀ? ਜਦੋਂ ਮੈਂ ਦੱਸਿਆ ਸਾਰੀਆਂ ਗੱਲਾਂ ਉਦੋਂ ਹੋਣਗੀਆਂ ਜਦੋਂ ਸਾਡੇ ਸਭ ਨਾਲ ਰਾਏ ਮਸ਼ਵਰਾ ਕਰਨ ਤੋਂ ਬਾਅਦ ਜੋ ਸਭ ਦੇ ਡਿਸੀਜਨ ਹੋਊਗਾ ਉਹ ਕਲੈਕਟਿਵਲੀ ਡਿਸੀਜਨ ਹੋ ਜਾਊਗਾ। ਸਮਰਥਨ ਦੇਣ ਦੇ ਫੈਸਲਾ ਤੁਸੀਂ 24 ਨੂੰ ਕਰੋਗੇ ਜੇ ਦੇਣਾ ਹੈ? ਨਹੀਂ, ਨਾ ਸਮਰਥਨ ਦੇਣ ਦਾ ਲੈਣ ਦੀ ਇਹ ਗੱਲਾਂ ਨਹੀਂ ਹੋ ਰਹੀਆਂ। ਗੱਲ ਬੜੀ ਆ ਕਿ ਜੋ ਦਿੱਲੀ ਦੇ ਇਹਨਾਂ ਹਾਲਾਤਾਂ ਦੇ ਅੰਦਰ ਜਿਹੜੀ ਸਾਡੀ ਅਕਾਲੀ ਦਲ ਆ, ਸਾਡੀ ਪੰਜਾਬੀ ਆ, ਸਾਡੇ ਸਿੱਖ ਨੇ, ਸਾਡੀ ਸਭ ਦੀ ਕਈ ਰਾਏ ਆ, ਕਿਉਂਕਿ ਅਸੀਂ ਕੋਈ ਆਈਸੋਲੇਟ ਤੋਂ ਸਿੱਖਾਂ ਨੂੰ ਵੀ ਨਹੀਂ ਕਰ ਸਕਦੇ ਨਾ।
ਬੰਗਾਲ ਦੇ ਪ੍ਰਸਿੱਧ ਅਗੋਰੀ ਬਾਬਾ ਬਾਲ ਕ੍ਰਿਸ਼ਨ ਜੀ 36 ਸਾਲਾਂ ਦਾ ਮਹਾਨ ਤਜੁਰਬਾ। ਜੋਤਸ਼ੀ ਮੌਲਵੀ ਤਾਂਤਰਿਕ ਬਾਬੇ ਬਾਬਿਆਂ ਕੋਲ ਜਾਵੋ ਬਾਰੋ ਵਾਰੀ, ਅਗੋਰੀ ਬਾਬਾ ਬਾਲ ਕ੍ਰਿਸ਼ਨ ਜੀ ਕੋਲ ਆਵੋ ਸਿਰਫ ਇੱਕ ਵਾਰੀ। ਘਰ ਬੈਠੇ ਬੈਠੇ ਹੀ ਹਰ ਕੰਮ ਸਿਰਫ 7 ਘੰਟਿਆਂ ਵਿੱਚ, ਗਰੰਟੀ ਅਸਟਾਮ ਪੇਪਰ 'ਤੇ ਲਿਖ ਕੇ ਲਵੋ ਜੀ। ਨਵੇਂ ਸਾਲ ਦਾ ਭਵਿੱਖ ਮੁਫਤ ਵਿੱਚ ਜਾਣੋ। ਸੁਪਰ ਸਪੈਸ਼ਲਿਸਟ ਮਹਾਂਵਰਸ਼ੀਕਰਨ, ਮਨ ਚਾਹਿਆ ਪਿਆਰ ਪ੍ਰਾਪਤ ਕਰੋ, ਲਵ ਮੈਰਿਜ ਲਈ ਘਰ ਵਾਲਿਆਂ ਨੂੰ ਮਨਾਓ, ਵਿਦੇਸ਼ਾਂ ਦਾ ਵੀਜ਼ਾ ਲਗਵਾਓ, ਵਿਦੇਸ਼ ਵਿੱਚ ਗ੍ਰੀਨ ਕਾਰਡ ਲੈ ਕੇ ਪੱਕੇ ਹੋਵੋ, ਕਾਰੋਬਾਰ ਵਿੱਚ ਪੈਂਦੀ ਰੁਕਾਵਟ ਨੂੰ ਦੂਰ ਕਰੋ, ਰਾਤੋ ਰਾਤ ਕਰਜ਼ੇ ਤੋਂ ਮੁਕਤੀ ਪਾਓ, ਪਤੀ ਪਤਨੀ ਸੱਸ ਨੂੰਹ ਵਿੱਚ ਹੋ ਰਹੇ ਲਗਾਤਾਰ ਕਲੇਸ਼ ਨੂੰ ਦੂਰ ਕਰੋ, ਸੋਤਣ ਤੋਂ ਛੁਟਕਾਰਾ ਪਾਓ, ਦੁਸ਼ਮਣ ਦਾ ਜੜ ਤੋਂ ਖਾਤਮਾ ਕਰੋ, ਬੱਚਿਆਂ ਨੂੰ ਕਹਿਣਾ ਮੰਨਣ ਲਾਵੋ, ਕਿਸੇ ਵੀ ਕੋਰਟ ਵਿੱਚ ਜਿੱਤ ਪ੍ਰਾਪਤ ਕਰੋ, ਹਰ ਬਿਮਾਰੀ ਨੂੰ ਜੜ ਤੋਂ ਖਤਮ ਕਰੋ, ਲਾਟਰੀ ਨੰਬਰ ਅਤੇ ਗੁਪਤ ਖਜ਼ਾਨਾ ਪ੍ਰਾਪਤ ਕਰਨ ਲਈ ਵੀ ਮਿਲ ਸਕਦੇ ਹੋ, ਸਾਰੀਆਂ ਸਮੱਸਿਆਵਾਂ ਦਾ ਹੱਲ ਮੁਫਤ ਵਿੱਚ ਗਰੰਟੀ ਨਾਲ 7 ਘੰਟਿਆਂ ਵਿੱਚ ਹੋਵੇਗਾ। ਮੌਲਵੀ ਮੁੱਲਾ ਪੰਡਿਤ ਤਾਂਤਰੀ ਨੂੰ ਖੁੱਲ੍ਹਾ ਚੈਲੰਜ, ਮੇਰੇ ਤੋਂ ਪਹਿਲਾਂ ਕੰਮ ਕਰਾ ਕੇ ਦਿਖਾਓ, ਮੂੰਹ ਮੰਗਿਆ ਇਨਾਮ ਪਾਓ। ਹੁਣ ਤੱਕ ਲੱਖਾਂ ਲੋਕਾਂ ਦਾ ਕੰਮ ਬਣਾ ਚੁੱਕੇ ਅਘੋਰੀ ਬਾਬਾ ਬਾਲ ਕ੍ਰਿਸ਼ਨ ਜੀ ਤੋਂ ਤੁਸੀਂ ਹਰ ਇੱਕ ਸਮੱਸਿਆ ਮੁਫਤ ਵਿੱਚ ਹੱਲ ਕਰਨ ਲਈ ਸੰਪਰਕ ਕਰੋ। 8264143264। ਤੁਸੀਂ ਦੁਬਾਰਾ ਨੰਬਰ ਫਿਰ ਨੋਟ ਕਰ ਸਕਦੇ ਹੋ, 82641 43264।